ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ एग्जाम ਜੋਬ ਹਬ ਦੇ ਵਿੱਚ ਤੇ ਦੋਸਤੋ ਇੱਥੇ ਗੱਲ ਕਰਾਂਗੇ ਇੱਕ ਨਵੇਂ ਅਪਡੇਟ ਦੇ ਬਾਰੇ ਤੇ ਇਹ ਅਪਡੇਟ ਹੈ ਜੀ پیਟ੍ਰਾਪਲਸ ਵੀ ਦੀ ਅਫੀਸ਼ੀਅਲ ਵੈਬਸਾਈਟ ਤੇ ਆ ਚੁੱਕੀ ਹੈ ਤੇ ਇਹ ਅਪਡੇਟ ਕਿਸ ਇਸ਼ਤਿਹਾਰ ਦੇ ਰਿਗਾਰਡਿੰਗ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੇ ਉਸ ਤੋਂ ਪਹਿਲੇ ਜੇਕਰ ਤੁਸੀਂ ਨਵੇਂ ਹੋ ਇਸ ਚੈਨਲ ਦੇ ਉੱਤੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤੇ ਚੱਲਦੇ ਹਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਇੱਥੇ ਦੇਖ ਸਕਦੇ ਹੋ ਕਿ ਇਹ ਨਵਾਂ ਨੋਟਿਸ ਜਾਰੀ ਹੋਇਆ ਹੈ ਪ ਮੈਂ ਨੰਬਰ ਦੇਖ ਸਕਦੇ ਹੋ 15 ਜੋ 15 ਆਫ 2021 ਡੇਰੀ ਵਿਕਾਸ ਇੰਸਪੈਕਟਰ ਗ੍ਰੇਡ 2 ਇਸ ਦੀਆਂ ਜੋ ਕਿ 37 ਸਾਮੀਆਂ ਲਈ ਲਿਖਤੀ ਪ੍ਰੀਖਿਆ ਟੈਸਟ ਜੋ ਲਿਆ ਗਿਆ ਸੀ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਕਿ ਦਰਸਾਏ ਗਏ ਅਨੁਸਾਰ ਕਾਉਂਸਲਿੰਗ ਲਈ ਅਧਿਨ ਸੇਵਾਮਾਂ ਚੌਂ ਬੋਰਡ ਦੇ ਸੈਕਟਰ 68 ਐਸਐਸਏ ਨਗਰ ਵਿਖੇ ਹਾਜ਼ਰ ਹੋਣ ਜਾਨੀ ਕਿ ਇਹ ਕਾਉਂਸਲਿੰਗ ਵਾਸਤੇ ਜੋ ਐਡਵਰਟਾਈਜ਼ ਜੋ ਇੱਥੇ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਕਿਹੜੀ categories ਦੀ ਕਿੰਨੀ ਇੱਥੇ cut off ਗਈ ਹੈ ਉਹ ਤੁਹਾਨੂੰ ਦੱਸਾਂਗਾ ਤੇ ਇੱਥੇ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਜੋ ਸ਼੍ਰੇਣੀ ਹੈ ਤੇ ਫਿਰ ਜੈਂਡਰ ਚੋਣ ਵਿਧੀ ਅਨੁਸਾਰ ਕਾਉਂਸਲਿੰਗ ਲਈ ਬੁਲਾਏ ਜਾਣ ਵਾਲੇ ਉਮੀਦਵਾਰਾਂ ਦੀ cut off ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕ ਵਿਸ਼ੇਸ਼ਕਰਤਨ ਮਿਤਿਆ ਤੇ ਸਮਾ ਕਦੋਂ ਤੁਸੀਂ ਇੱਥੇ ਪਹੁੰਚਣਾ ਹੈ ਆਪਣੀ ਕਾਉਂਸਲਿੰਗ ਵਾਸਤੇ ਤੇ ਕੀ ਕੀ ਲੈ ਕੇ ਜਾਣਾ ਹੈ ਉਹ ਵੀ ਤੁਹਾਨੂੰ ਦੱਸਾਂਗਾ ਤੇ ਇੱਥੇ ਸਭ ਤੋਂ ਪਹਿਲਾਂ ਸ਼ਡਿਊਲ ਕਾਸਟ ਐਸ ਸੀ ਐਮ ਐਂਡ ਬੀ ਤੇ ਇੱਥੇ ਦੇਖ ਸਕਦੇ ਹੋ ਕਿ ਮੇਲ ਕੈਂਡੀਡੇਟ ਵਾਸਤੇ ਜੋ 17.50 ਅੰਕਾਂ ਦੀ ਇੱਥੇ ਕੱਟਆਫ ਗਈ ਹੈ ਤੇ ਫੀਮੇਲ ਵਾਸਤੇ ਦੇਖ ਸਕਦੇ ਹੋ ਕਿ 16 ਅੰਕਾਂ ਦੀ ਇੱਥੇ ਕੱਟਆਫ ਗਈ ਹੈ ਤੇ ਉਸ ਤੋਂ ਬਾਅਦ ਐਸ ਸੀ ਆਰਓ ਵਾਸਤੇ ਦੇਖ ਸਕਦੇ ਹੋ ਕਿ ਇਹਨਾਂ ਦੀ 40.50 ਅੰਕਾਂ ਤੋਂ ਲੈ ਕੇ 59.50 ਅੰਕਾਂ ਤੱਕ ਜਿੰਨੇ ਕੈਂਡੀਡੇਟਸ ਦੇ ਵਿੱਚ ਆਉਂਦੇ ਹਨ ਉਹ ਇੱਥੇ ਕਾਉਂਸਲਿੰਗ ਵਾਸਤੇ ਜਾ ਸਕਦੇ ਹਨ ਤੇ ਫੀਮੇਲ ਕੈਂਡੀਡੇਟਸ ਦੇਖ ਸਕਦੇ ਹਨ ਜਿਨ੍ਹਾਂ ਦੇ 10 ਅੰਕਾਂ ਤੋਂ ਲੈ ਕੇ 30 ਅੰਕਾਂ ਤੱਕ ਜੋ ਨੰਬਰ ਹਨ ਉਹ ਇੱਥੇ ਕਾਉਂਸਲਿੰਗ ਵਾਸਤੇ ਜਾ ਸਕਦੇ ਨੇ ਉਸ ਤੋਂ ਬਾਅਦ ਬੈਕਵਰਡ ਕਲਾਸਿਸ ਵਾਸਤੇ ਦੇਖ ਸਕਦੇ ਹੋ ਮੇਲ ਵਾਸਤੇ 31.50 ਅੰਕਾਂ ਤੋਂ ਲੈ ਕੇ 54.25 ਅੰਕਾਂ ਤੱਕ ਦੇ ਜੋ ਕੈਂਡੀਡੇਟ ਨੇ ਉਹ ਕਾਉਂਸਲਿੰਗ ਵਾਸਤੇ ਜਾ ਸਕਦੇ ਨੇ ਫੀਮੇਲ ਦਾ ਦੇਖ ਸਕਦੇ ਹੋ ਫਿਰ ਇਕਨੋਮਿਕਲ ਵੀਕਰ ਸੈਕਸ਼ਨ ਵਾਲੇ ਦੇਖ ਸਕਦੇ ਹਨ ای ਡਬਲ ਯੂ ਐਸ ਵਾਲੇ ਫਿਜ਼ੀਕਲ ਹੈਂਡੀਕੈਪ ਵਾਲੇ ਵੀ ਕੈਂਡੀਡੇਟ ਇੱਥੇ ਦੇਖ ਸਕਦੇ ਹਨ ਹੁਣ ਗੱਲ ਕਰਾਂਗੇ ਜੀ ਤੁਸੀਂ ਤੁਹਾਡੀ ਕਾਉਂਸਲਿੰਗ ਕਰਦੋ ਹਾਂ ਤੇ ਕਿੱਥੇ ਜਾਣਾ ਹੈ ਤੁਹਾਡੀ ਕਾਉਂਸਲਿੰਗ ਇੱਥੇ ਦੇਖ ਸਕਦੇ ਹੋ ਕਿ ਪਹਿਲਾਂ 16 12 2022 ਨੂੰ ਹੋਈ ਕਾਉਂਸਲਿੰਗ ਦੌਰਾਨ ਗੈਰ ਹਾਜ਼ਰ ਰਹੇ ਸਾਰੇ ਉਮੀਦਵਾਰਾਂ ਨੂੰ ਕਾਉਂਸ ਜਾਂਦਾ ਹੈ ਪਹਿਲਾਂ ਤੇ ਇਹ ਦੇਖ ਸਕਦੇ ਹੋ ਕਿ ਪਹਿਲਾਂ ਇਸ ਦੀ ਜੀ ਕਾਉਂਸਲਿੰਗ ਹੈ 16 ਦਸੰਬਰ ਨੂੰ ਕਰਵਾਈ ਗਈ ਸੀ ਤੇ ਇਸ ਦੇ ਵਿੱਚ ਗੈਰ ਹਾਜ਼ਰ ਰਹੇ ਜੋ ਉਮੀਦਵਾਰ ਨੇ ਉਹਨਾਂ ਨੂੰ ਫਿਰ ਤੋਂ ਬੁਲਾਇਆ ਗਿਆ ਹੈ ਤੇ ਹੁਣ ਤੁਸੀਂ ਕਦੋਂ ਜਾਣਾ ਹੈ 10 ਮਾਰਚ ਨੂੰ ਸਵੇਰੇ 10 ਵਜੇ ਇੱਥੇ ਤੁਹਾਡੀ ਕਾਉਂਸਲਿੰਗ ਰੱਖੀ ਗਈ ਹੈ ਤੁਸੀਂ ਇੱਥੇ ਆਪਣੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਜਾ ਸਕਦੇ ਹੋ ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਕਾਉਂਸਲਿੰਗ ਤੇ ਬੁਲਾਏ ਜਾਣ ਵਾਲੇ ਹਾਜ਼ਰ ਹੋਣ ਨਾਲ ਉਮੀਦਵਾਰ ਦਾ ਸਬੰਧਤ ਅਸਾਮੀਆਂ ਤੇ ਨਿਯੁਕਤੀ ਦਾ ਅਧਿਕਾਰ ਨਹੀਂ ਬਣ ਜਾਂਦਾ ਹੈ ਤੇ ਸਬੰਧਤ ਉਮੀਦਵਾਰ ਕਾਉਂਸਲਿੰਗ ਤੇ ਹਾਜ਼ਰ ਹੋਣ ਸਮੇ ਐਨੈਕਸ ਏ ਅਨਕਸ਼ਰ ਬੀ ਅਤੇ ਅਨਕਸ਼ਰ ਸੀ ਨਤੀਜ ਪਰਫਾਰਮੇ ਪਰ ਕੇ ਪੇਸ਼ ਕਰਨਗੇ ਤੇ ਇਸ ਦੇ ਵਿੱਚ ਅਨਕਸ਼ਰ ਡੀ ਦਰਸਾਏ ਅਨਸਾਰ ਤਰਦੀਬ ਬਾਦ ਤੁਸੀਂ ਦਸਤਾਵੇਜ਼ ਨੂੰ ਲਗਾਉਣਾ ਹੈ ਤੇ ਸਭ ਤੋਂ ਪਹਿਲਾਂ ਅਨਕਸ਼ਰ ਏ ਇੱਥੇ ਦੇਖ ਸਕਦੇ ਹੋ ਇਸ ਨੂੰ ਪ੍ਰਿੰਟ ਆਊਟ ਨਿਕਾਲ ਕੇ ਤੁਸੀਂ ਭਰਨਾ ਹੈ ਇੱਥੇ ਤੁਸੀਂ ਫੋਟੋ ਲਗਾਣੀ ਹੈ ਇੱਥੇ ਸਾਰਾ ਕੁਝ ਤੁਸੀਂ ਭਰਨਾ ਹੈ ਜੋ ਵੀ ਤੁਹਾਡੀ ਡਿਟੇਲ ਹੋਵੇਗੀ ਤੇ ਇਹ ਦਫਤਰੀ ਵਰਤੋਂ ਵਾਸਤੇ ਹੈ ਇੱਥੇ ਤੁਸੀਂ ਕੁਝ ਨਹੀਂ ਭਰਨਾ ਫਿਰ ਅਨੈਕਸਰ ਬੀ ਦੇਖ ਸਕਦੇ ਹੋ ਇਹ ਵੀ ਤੁਸੀਂ ਭਰਨਾ ਹੈ ਜਿਸ ਦੇ ਵਿੱਚ ਵਿਦਿਅਕ ਯੋਗਤਾ ਬਾਰੇ ਤੁਸੀਂ ਇੱਥੇ ਆਪਣੀ ਡਿਟੇਲ ਨੂੰ ਭਰਨਾ ਹੈ ਫਿਰ ਅਨੈਕਸਰ ਸੀ ਦੇਖ ਸਕਦੇ ਹੋ ਇੱਥੇ ਤੁਸੀਂ ਜੋ ਆਪਣੀ ਡਿਟੇਲ ਬਾਰੇ ਆਸਾਮੇ ਬਾਰੇ ਭਰਨਾ ਹੈ ਤੇ ਅਪਲੀਕੇਸ਼ਨ ਨੰਬਰ ਉਮੀਦਵਾਰ ਦਾ ਨਾਮ ਪਿਤਾ ਦਾ ਨਾਮ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕ ਤੁਸੀਂ ਇੱਥੇ ਲਿਖਨੇ ਹਨ ਫਿਰ ਦਫਤਰੀ ਵਰਤੋਂ ਇੱਥੇ ਤੁਸੀਂ ਕੁਝ ਨਹੀਂ ਲਿਖਣਾ ਹੈ ਉਸ ਤੋਂ ਬਾਅਦ ਅਨੈਕਸਰ ਡੀ ਨੂੰ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇੱਕ ਉਮੀਦਵਾਰ ਕਾਉਂਸਲਿੰਗ ਤੇ ਹਾਜ਼ਰ ਹੋਣ ਸਮੇ ਅਨੈਕਸਰ ਏ ਬੀ ਅਤੇ ਸੀ ਨੂੰ ਤੁਸੀਂ ਸਭ ਤੋਂ ਪਹਿਲਾਂ ਲਗਾਉਣਾ ਹੈ ਤੇ ਉਸਦੇ ਉੱਤੇ ਤੁਸੀਂ ਆਪਣੀ ਫੋਟੋ ਨੂੰ ਲਗਾ ਦੇਣਾ ਹੈ ਫਿਰ ਆਨਲਾਈਨ ਅਪਲੀਕੇਸ਼ਨ ਫਾਰਮ ਜਿਹੜਾ ਹੈ ਤੁਸੀਂ ਫਾਰਮ ਨੂੰ ਭਰਦੇ ਹੋ ਉਸ ਤੋਂ ਬਾਅਦ ਅਪਲੀਕੇਸ਼ਨ ਫਾਰਮ ਜੋ ਮਿਲਦਾ ਹੈ ਉਸ ਨੂੰ ਲੈਣਾ ਹੈ ਫਿਰ ਤੁਸੀਂ ਦਸਵੀਂ ਦੀ ਡਾਕੂਮੈਂਟ ਦੀ ਜੋ ਫੋਟੋਕਾਪੀ ਲਾਣੀ ਹੈ ਫਿਰ ਤੁਸੀਂ 12ਵੀਂ ਦੀ ਲਾਣੀ ਹੈ ਗ੍ਰੈਜੂਏਸ਼ਨ ਦੀ ਲਾਣੀ ਹੈ ਤੁਸੀਂ ਆਪਣਾ ਕਾਸਟ ਸਰਟੀਫਿਕੇਟ ਲਗਾ ਦੇਣਾ ਹੈ ਤੇ ਉਸ ਤੋਂ ਬਾਅਦ ਜਿਹੜੇ ESM ਆ ਜਾਂ ਐਕਸ ਸਰਵਿਸਮੈਨ ਕੈਂਡੀਡੇਟ ਨੇ ਸਪੋਰਟਸ ਕੈਂਡੀਡੇਟ ਨੇ ਉਹ ਆਪਣੇ ਜੋ ਡਾਕੂਮੈਂਟ ਇੱਥੇ ਲਗਾ ਸਕਦੇ ਹਨ ਤੇ ਇੱਥੇ ਦੇਖ ਸਕਦੇ ਹੋ ਸਬੂਤ ਦੇ ਵਜੋਂ ਜਾਨੀ ਕਿ شناਖਤਰੀ ਸਬੂਤ ਦੇ ਵਜੋਂ ਤੁਸੀਂ ਆਪਣੇ ਆਧਾਰ ਕਾਰਡ ਪਾਸਪੋਰਟ ਵੋਟਰ ਕਾਰਡ ਡਰਾਈਵਿੰਗ ਲਾਇਸੈਂਸ ਨੂੰ ਕੋਈ ਇੱਕ ਤੁਸੀਂ ਇੱਥੇ ਜੋ ਆਪਣਾ ਆਈਡੀ ਪ੍ਰੂਫ ਨਾਲ ਲੈ ਕੇ ਜਾਣਾ ਹੈ ਤੇ ਦੋਸਤੋ ਇੱਥੇ ਦੇਖ ਸਕਦੇ ਹੋ ਕਿ ਜੋ ਅਦੀਨ ਸੇਵਾਮਾਂ ਚੌਨਵੋਡ ਵੱਲੋਂ ਜੋ 15 ਆਫ 2021 ਡੇਰੀ ਵਿਕਾਸ ਇੰਸਪੈਕਟਰ ਗ੍ਰੇਡ 2 ਦੀਆਂ ਜੋ 37 ਸਾਮੀਆਂ ਸੀ ਇਸ ਦੀ ਕਾਉਂਸਲਿੰਗ ਡੇਟ ਜੋ ਆ ਚੁੱਕੀ ਹੈ ਤੇ ਤੁਸੀਂ ਕਾਉਂਸਲਿੰਗ ਵਾਸਤੇ ਜਾ ਸਕਦੇ ਹੋ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਦੇ ਹੋ ਤੇ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਜੈ ਹਿੰਦ ਜਵਾੜ